ਕੋਨੀ ਕੋਨੀ ਨਹੀਂ ਗੱਲ ਸੁਣ, ਆਪਣੀ ਵਿਚਲੀ ਗੱਲ ਕੋਈ ਵੀ ਨਹੀਂ ਦੱਸਦਾ, ਉਂਝ ਝੂਠ ਪਏ ਮਾਰਦੇ ਲੋਕ। ਜੱਟ ਯਾਰ ਮੈਨੂੰ ਨਹੀਂ ਪਤਾ ਤਾਂ ਜੱਟ ਬੈਠਾ ਇੱਧਰ ਯਾਰ। ਸਭਾ ਜਾ ਗੱਲ ਸੁਣ, ਮੇਰੀ ਗੱਲ ਸੁਣ, ਤੂੰ ਵੇਖਿਆ ਹੋਣਾ ਸੌ ਬੰਦਾ ਹੋਵੇ ਨਾ, ਸੌ ਬੰਦਾ ਤੇ ਉਹਨਾਂ ਨੂੰ ਤੂੰ ਇੱਕ ਕਮਰੇ 'ਚ ਡੱਕ ਲੈਣਾ, ਠੀਕ ਹੈ, ਤੇ ਬੂਹੇ ਦੇ ਬਾਹਰ ਬੂਹੇ ਦੇ ਅੱਗੇ ਆਪ ਹੀ ਖਲੋ ਜਾਣਾ, ਜਦੋਂ ਉਹਨਾਂ ਬਾਹਰ ਨਿਕਲਣਾ, ਠੀਕ ਹੈ, ਤੇ ਉਹਨੂੰ ਵਾਰੋ ਵਾਰੀ ਪੁੱਛਣਾ ਤੂੰ ਕੀ ਕਿ ਤੂੰ ਲਈ ਸੀ, ਚਲੋ ਕੁਛ ਹੈ ਗੱਲ ਨੂੰ ਸਮਝ, ਆ ਗੱਲ ਤਾਂ ਉਹੀ ਕਰਨ ਡਿਆ, ਓਏ ਤੂੰ ਲਈ, ਉਹਨੇ ਆਖਣਾ ਉਹ ਮੈਂ ਲਈ, ਇੱਧਰ ਇੱਧਰ ਵੇਖ ਧਿਆਨ ਕਰ, ਜਦੋਂ ਦੂਜਾ ਨਿਕਲਣਾ ਤੂੰ ਆਖਣਾ ਹਾਂ ਭਾਈ, ਉਹਨੇ ਆਖਣਾ ਮੈਂ ਲੈ ਕੇ ਆਇਆ, ਤੀਜਾ ਨਿਕਲਿਆ ਮੈਂ ਹੌਲੀ ਹੌਲੀ ਸੌ ਪੂਰੇ ਸਾਰੇ ਸੌ ਦੇ ਸੌ ਹੀ ਆਖਣ ਦੇ ਅਸੀਂ ਲੈ ਕੇ ਆਏ ਹਾਂ, ਅੰਦਰ ਕਮਰਾ ਤਾਂ ਹੋ ਗਿਆ ਸ਼ਬਾਸ਼ਾ ਖਾਲੀ, ਵੈਲਕਮ ਹੋ ਗਿਆ ਬੇਟਾ, ਕਮਰਾ ਤਾਂ ਹੋ ਗਿਆ ਖਾਲੀ, ਹੈ ਤੇ ਦੇਣ ਵਾਲਾ ਕਿੱਥੇ ਗਿਆ? ਉਹਨਾਂ ਨੇ ਆਪਸ ਵਿੱਚ ਇੱਕ ਦੂਸਰੇ ਦੀ ਮਾੜੀ ਹੋਣੀ, ਹੋਰ ਕੀ ਕੀਤਾ ਹੋਣਾ? ਨਹੀਂ ਇਹ ਨਹੀਂ ਆਖਣ ਦੇ ਮੈਂ ਦਿੱਤੀ ਹੈ, ਨਾ ਨਾ ਗਏ ਤੇ ਮੈਂ ਪਿਆ ਤੈਨੂੰ। ਅੱਛਾ ਮੈਂ ਨਾ ਚਾਚੇ ਕੀ ਬਾਤ ਸੇ ਮੁਝੇ ਨਾ ਇੱਕ ਬਾਤ ਯਾਦ ਆ ਗਈ ਹੈ, ਮੈਂ ਤੁਮ ਲੋਕੋ ਕੋ ਨਾ ਇੱਕ ਬਾਤ ਆਪਣੀ ਜੋ ਮੇਰੇ ਮੇਰੇ ਮੈਂ ਖੁਦ ਦੇਖੀ ਹੈ ਮੈਨੇ ਨਾ, ਮੈਂ ਪਾਕਿਸਤਾਨ ਮੇਂ ਥੀ, ਮੈਂ ਚਾਚਾ ਪਾਕਿਸਤਾਨ ਸਾਂ, ਮੈਂ ਪੰਜਾਬੀ 'ਚ ਬੋਲਣੀ ਹੈ, ਤੈਨੂੰ ਪੰਜਾਬੀ ਸਮਝ ਆਏਗੀ। ਮੈਂ ਨਾ ਪਾਕਿਸਤਾਨ ਸਾਂ ਤੇ ਮੇਰੀਆਂ ਨਾ ਮੇਰੀ ਦੋਸਤ ਸੀ, ਠੀਕ ਹੈ, ਅਸੀਂ ਮਤਲਬ ਚਾਰ ਪੰਜ ਦੋਸਤਾਂ ਸਾਂ ਤੇ ਇੱਕ ਦੋਸਤ ਸੀ ਉਹ ਸ਼ੀਮਿਲ ਸੀ, ਠੀਕ ਹੈ, ਮਤਲਬ ਉਹਨੇ ਮੈਨੂੰ ਭੈਣ ਬਣਾਇਆ ਸੀ, ਉਹਦੀ ਦੋਸਤ ਦੀ ਬਰਥਡੇ ਸੀ, ਠੀਕ ਹੈ, ਅੱਛਾ, ਅਸੀਂ ਸਾਨੂੰ ਕਹਿੰਦੀ ਹੈ ਕਿ ਬਰਥਡੇ 'ਤੇ ਨਾ ਸਾਰਿਆਂ ਨੂੰ ਇਨਵਾਈਟ ਕੀਤਾ ਤੇ ਤੁਸੀਂ ਵੀ ਆਓ ਬਰਥਡੇ 'ਤੇ ਨਾ, ਠੀਕ ਹੋ ਗਿਆ, ਤੋ ਹਮ ਲੋਕ ਨਾ ਸਭ ਬਰਥਡੇ 'ਤੇ ਚਲੇ ਗਏ, ਠੀਕ ਹੈ, ਲੜਕੀਆਂ ਸਾੜੀ ਜੋ ਥੀ ਨਾ ਬਰਥਡੇ 'ਤੇ ਗਏ, ਵਹਾਂ ਪੇ ਗਏ ਜਾ ਕੇ ਬੈਠੇ ਹਮ ਲੋਕ, ਮਤਲਬ ਬਹੁਤ ਸਾਰੀ ਲੜਕੀਆਂ ਔਰ ਵੀ ਬੈਠੀ ਹੈ ਨਾ, ਕੋਈ ਕਪਲ ਆਏ ਹੋਏ ਆ ਜੈਸੇ ਜਾਨੂ, ਕੋਈ ਕਿਸੇ ਕੀ ਵਾਈਫ ਹੈ, ਸਭ ਆਏ ਹੋਏ ਆ। ਹੁਣ ਉੱਥੇ ਕਿਹੜੇ ਬੰਦੇ ਸਨ? ਸਾਰੇ ਆਫੀਸਰ, ਟੋਟਲ ਜਿੰਨਾ ਬੰਦਾ ਉੱਥੇ ਬੈਠਾ ਸੀ ਤਕਰੀਬਨ ਨਾ ਨਾ ਕਰਦਿਆਂ ਕੋਈ 60 ਸਾਲ, ਕੋਈ 70 ਸਾਲ, ਇੰਨੀ ਇੰਨੀ ਏਜ ਦੇ ਨਾ ਮਤਲਬ ਬਾਬੇ ਬੈਠੇ ਸਨ। ਤੇ ਮੈਂ ਉੱਥੇ ਜਾ ਕੇ ਨਾ ਖੈਰ ਬੈਠੀ, ਮੈਂ ਵੀ ਬੀਅਰ ਸ਼ੀਅਰ ਪੀਤੀ, ਬੈਠੀ ਇੰਜੋਏ ਕੀਤਾ, ਕੇਕ ਕੱਟਿਆ, ਕੇਕ ਕੱਟਣ ਤੋਂ ਬਾਅਦ ਨਾ ਪੂਰੇ 12 ਮੁੰਡਿਆਂ ਦਾ ਗਰੁੱਪ ਆਇਆ, 12 ਮੁੰਡਿਆਂ ਦੀ ਜਿਹੜੀ ਏਜ ਸੀ ਨਾ ਉਮਰ ਸੀ 15 ਸਾਲ, 16 ਸਾਲ, 17 ਸਾਲ, ਇੰਨੀ ਉਹਨਾਂ ਦੀ ਉਮਰ ਸੀ ਤੇ ਕੂਲੇ ਕੂਲੇ ਬੱਚੇ। ਅੱਛਾ ਉਹ ਬੱਚੇ ਆਏ ਨੇ, ਉਹਨਾਂ ਨੇ ਸੈਰ ਤੇ ਬਿਠਾ ਦਿੱਤਾ ਤੇ ਅਸੀਂ ਮੈਂ ਮੇਰੀਆਂ ਦੋਸਤਾਂ ਜਿਹੜੀਆਂ ਨਾ ਅਸੀਂ ਪੀ ਰਹੀਆਂ ਸਾਂ ਬਹਿ ਕੇ ਨਾ। ਹੁਣ ਉਹ ਇੱਕ ਬਾਬਾ ਉੱਠੇ ਉਹ ਮੁੰਡਿਆਂ ਵਿੱਚੋਂ, ਜਿਹੜਾ ਮੁੰਡਾ ਸੋਹਣਾ ਵੇਖੇ ਉਸ ਮੁੰਡੇ ਨੂੰ ਲਾਈ ਜਾਵੇ ਅੰਦਰ। ਮੇਰੇ ਜ਼ਿੰਦਗੀ 'ਚ ਪਹਿਲੀ ਵਾਰੀ ਜਦੋਂ ਮੈਂ ਇਹ ਚੀਜ਼ ਵੇਖੀ, ਮੈਂ ਮਤਲਬ ਮੈਂ ਨੋਟ ਨਹੀਂ ਕੀਤਾ, ਮੈਂ ਕਿਹਾ ਸ਼ਾਇਦ ਉਂਝ ਕੋਈ ਗੱਲ ਛਲ ਕਰਨ ਵਾਸਤੇ ਲੈ ਗਏ ਨੇ। ਉਹ ਕੋਈ ਅੱਧੇ ਘੰਟੇ ਬਾਅਦ ਬਾਹਰ ਆਇਆ, ਦੂਸਰਾ ਬਾਬਾ ਉੱਠਿਆ, ਉਹਨੇ ਇੱਕ ਮੁੰਡਾ ਸਾੜੇ ਗੋੜ ਨਾਲ ਵੇਖਿਆ ਕਿੰਨੇ ਮੁੰਡੇ ਬੈਠੇ ਨੇ, ਉਸ ਮੁੰਡੇ ਨੂੰ ਲੈ ਗਿਆ। 5-6 ਬਾਬਿਆਂ ਨੇ ਨਾ ਇੰਝ ਕੀਤਾ ਤੇ ਮੈਂ ਨਾ ਮੇਰੀ ਗੱਲ ਨਾ ਸਮਝ ਨਾ ਆਏ,
ਕਿ ਬਾਬੇ ਉੱਠ ਕੇ ਤੇ ਮੁੰਡਿਆਂ ਨੂੰ ਲੈ ਕੇ ਜਾਂਦੇ ਨੇ ਇੱਥੇ ਪੂਰਾ ਅੱਧਾ ਘੰਟਾ ਕੋਈ 40 ਮਿੰਟ ਲਾ ਕੇ ਬਾਹਰ ਲੈ ਕੇ ਆਉਂਦੇ ਨੇ ਤੇ ਬੜੇ ਮਤਲਬ ਬੈਂਜ ਹੋ ਕੇ ਆਉਂਦੇ ਨੇ ਵਾਪਸ, ਅੰਦਰੋਂ ਕਰਦੇ ਕੀ ਨੇ? ਮੇਰੀ ਜਿਹੜਾ ਨਾਲ ਜਿਹੜੀ ਦੋਸਤ ਬੈਠੀ ਸੀ ਨਾ, ਮੈਂ ਉਹਨੂੰ ਕਿਹਾ ਇੱਧਰ ਆ, ਕਹਿੰਦੀ ਕੀ ਹੋਇਆ? ਮੈਂ ਕਿਹਾ ਮੈਨੂੰ ਨਾ ਇਹ ਗੱਲ ਸਮਝ ਨਹੀਂ ਆ ਰਹੀ, ਤੇ ਅੱਗੋਂ ਕਹਿੰਦੀ ਇਹ ਕੀ ਮਤਲਬ? ਮੈਂ ਕਿਹਾ ਹੁਣ ਇੱਥੇ ਬਹਿ ਵੇਖ। ਉਹ ਵੇਖਦੀ ਏ ਦੂਜਾ ਆਉਂਦਾ ਬਾਬਾ, ਉਹਨੂੰ ਅੰਦਰ ਲੈ ਜਾਂਦਾ, ਬਾਹਰ ਆਉਂਦੇ ਨੇ ਪੈਂਟਾਂ ਸ਼ਲਟਾਂ ਪਾਈਆਂ ਤੇ ਬਾਹਰ ਇੰਜਨ ਝਾੜਦੇ ਨਾ, ਇੰਜਨ ਇੰਜਨ ਝਾੜਦੇ ਬਾਹਰ ਆ ਜਾਂਦੇ ਨੇ। ਜਿਹੜੀ ਮੇਰੀ ਭੈਣ ਬਣੀ, ਮੈਂ ਜਿੰਦੀ ਭੈਣ ਬਣੀ ਸਾ ਨਾ, ਸ਼ੀ ਮਿਲ ਖੁਸਰਾ ਸੀ ਉਹ, ਉਹਨੂੰ ਮੈਂ ਕਿਹਾ ਇਹਨੂੰ ਪਤਾ ਹੋਣਾ। ਮੈਂ ਕਿਹਾ ਇੱਧਰ ਆ, ਕਹਿੰਦੀ ਕੀ ਹੈ? ਮੈਂ ਕਿਹਾ ਸਾਰੇ ਏਡੇ ਏਡੇ ਵੱਡੇ ਆਫਿਸਰ ਨੇ, ਅਫਸਰ ਨੇ ਸਾੜੀ, ਤੇ ਆਉਂਦੇ ਨੇ ਮੁੰਡਾ ਲੈ ਜਾਂਦੇ ਨੇ, ਉਹ ਮੁੰਡਾ ਤੇ ਉਹ ਬਾਹਰ ਆਉਂਦੇ ਨੇ, ਦੂਸਰਾ ਲੈ ਜਾਂਦਾ। ਮੈਂ ਕਿਹਾ ਇਹ ਸੀਨ ਕੀ ਹੈ? ਕਹਿੰਦੀ ਤੈਨੂੰ ਨਹੀਂ ਪਤਾ? ਮੈਂ ਕਿਹਾ ਨਹੀਂ। ਕਹਿੰਦੀ ਕੁੱਤੀਏ ਆ ਜਿਹੜੇ ਮੁੰਡੇ ਆਏ ਨੇ ਨਾ, ਇਹਨਾਂ ਨੇ ਪੈਸੇ ਦੇ ਕੇ ਬੁਲਾਏ ਨੇ। ਮੈਂ ਕਿਹਾ ਕਿਉਂ? ਕਹਿੰਦੀ ਏ ਕਈ ਬਾਬਿਆਂ ਨੂੰ ਸ਼ੌਕੀਨ ਹੁੰਦਾ ਕਿਸੇ ਦੀ ਮੁੰਡ ਮਾੜਨ ਦਾ, ਇਹ ਮੁੰਡਿਆਂ ਕੋਲੋਂ ਆਪਣੀ ਮੁੰਡ ਮੜਵਾਉਂਦੇ ਨੇ। ਅੱਲਾ ਮੈਂ ਤੇ 2 ਮਿੰਟ ਮੈਂ ਨਸ਼ੇ ਚ ਸਾਂ। ਗੱਲ ਸੁਣ, 1 ਮਿੰਟ ਬਾਬਾ 1 ਮਿੰਟ। ਮੈਂ ਨਾ ਇੱਕ ਵਾਰੀ ਮੈਂ ਨਸ਼ੇ ਸਾਂ, ਮੈਂ ਇੱਕ ਵਾਰੀ ਮੈਂ ਕਿ ਯਾਰ ਇਹ ਕੀ ਗੱਲ ਹੋਈ? ਕਹਿੰਦੀ ਮੁੰਡਿਆਂ ਨੂੰ ਸ਼ੌਕ ਹੁੰਦਾ ਦੂਸਰੇ ਮੁੰਡਿਆਂ ਕੋਲ ਢੂਈ ਮਰਾਉਣ ਦਾ, ਇਹ ਬਾਬਿਆਂ ਨੂੰ ਸ਼ੌਕ ਏ, ਇਹਨਾਂ ਨੇ ਲੱਖ ਲੱਖ ਰੁਪਇਆ ਦੇ ਕੇ ਇਹਨਾਂ ਨੂੰ ਬੁਲਾਇਆ ਸਿਰਫ ਆਪਣੀ ਢੂਈ ਮਰਵਾਉਣ ਵਾਸਤੇ। ਮੈਂ ਕਿਹਾ ਮਾੜਾ ਮੈਂ ਨਾ ਬਾਅਦ ਚ ਜਦੋਂ ਮੈਨੂੰ ਪਤਾ ਲੱਗ ਗਿਆ ਜਿਹੜਾ ਬਾਬਾ ਆਵੇ ਮੈਂ ਗੌਰ ਨਾਲ ਉਹਦੇ ਮੂੰਹ ਵੱਲ ਵੇਖਾਂ, ਮੈਂ ਕਿਹਾ ਜਾ ਲੱਗਿਆ ਤੇ ਇੰਜ ਸੀ ਤੇ ਵਾਪਸੀ ਹੈ ਜੀ ਕਿਉਂ? ਮੈਂ ਮੇਰੀ ਦੋਸਤ ਕਹਿੰਦੀ ਆ ਚੱਲੀਏ, ਮੈਂ ਕਿਹਾ ਮੈਂ ਤੇ ਨਹੀਂ ਜਾਣਾ। ਕਹਿੰਦੀ ਕਿਉਂ? ਕਹਿੰਦੀ ਚੱਲ ਉੱਠ ਚੱਲੀਏ, ਇੱਥੇ ਕੀ ਪਿਆ, ਦਫਾ ਕਰ, ਜਿੰਨੀ ਪੀਣੀ ਸੀ ਪੀ ਲਿੱਤੀ ਹੈ। ਮੈਂ ਕਿਹਾ ਮੈਂ ਤੇ ਨਹੀਂ ਜਾਣਾ, ਮੈਂ ਆਖਰੀ ਤੱਕ ਬਾਬਿਆਂ ਨੂੰ ਵੇਖ ਕੇ ਜਾਣਾ, ਬਾਬੇ ਕਰ ਦੇ ਕੀ। ਅੱਛਾ ਨਹੀਂ, ਇਸਲਾਮਾਬਾਦ ਦਾ ਇਹ ਮਜ਼ੇ ਦੀ ਗੱਲ ਹੋ ਰਹੀ, ਜਿਹੜੀਆਂ ਉਹਨਾਂ ਦੇ ਨਾਲ ਆਪਣੀਆਂ ਉਹਨਾਂ ਦੀਆਂ ਗਰਲਫ੍ਰੈਂਡਾਂ ਸੀ ਨਾ, ਇੰਨੀਆਂ ਸੋਹਣੀਆਂ, ਇੰਨੀਆਂ ਸੋਹਣੀਆਂ, ਹੱਥ ਲਾਈਆਂ ਮੈਲੀਆਂ ਹੁੰਦੀਆਂ, ਉਹ ਗਰਲਫ੍ਰੈਂਡਾਂ ਕੋਲ ਘੁੰਮਦੀਆਂ। ਗਰਲਫ੍ਰੈਂਡਾਂ ਨੂੰ ਵੀ ਪਤਾ ਸਾਡੇ ਬੰਦੇ ਜਿਹੜੇ ਨੇ ਉਹ ਢੂਈ ਮਰਾਉਂਦੇ ਨੇ, ਹਿਸਾਬ ਲਾਓ ਜ਼ਰਾ। ਮੈਂ ਤੇ ਐਂਡ ਤੱਕ ਕਿਹਾ, ਮੈਂ ਕਿਹਾ ਮੈਂ ਤੇ ਨਹੀਂ ਜਾਣਾ, ਮੈਂ ਤੇ ਵੇਖ ਕੇ ਜਾਣਾ ਆਖਰੀ ਤੱਕ ਬਾਬਿਆਂ ਨੂੰ ਵੇਖਣਾ ਇਹਨਾਂ ਦੇ ਐਂਡ ਤੇ ਮੂੰਹ ਤੇ ਰਵੱਈਏ ਕੀ ਨੇ, ਦੋ ਦੋ ਵਾਰੀਆਂ ਲਾ ਕੇ ਆਉਂਦੇ ਨੇ, ਐਂਡ ਤੇ ਡਿੱਗੇਗਾ ਕੌਣ? ਤੋਬਾ ਯਾਰ, ਕਿਆ ਐਂਡ ਲੈਵਲ, ਇਹ ਮੈਨੇ ਆਪਣੀ ਆਂਖੋਂ ਸੇ ਦੇਖਾ, ਐਂਡ ਲੈਵਲ, ਐਂਡ ਲੈਵਲ। ਹਾਂ ਤੂੰ ਸਹੀ ਆ, ਨਹੀਂ ਵੀ ਇਹ ਟੀਵੀ ਤੇ ਖਬਰ ਆਈ ਸੀ ਕਿਧਰੇ, ਫੇਸਬੁੱਕ ਤੇ ਨਹੀਂ ਹੋਣੇ, ਉਹ ਆਪਣਾ ਕਰਦੇ ਨੇ, ਉਹ ਪ੍ਰਾਈਵੇਟ ਪਾਰਟੀਆਂ